Happy birthday to you. Happy birthday to you. Happy birthday to you. Happy birthday, dear Renshe. Happy birthday to you. ਆਪਦੇ ਬਰਥਡਿਆਂ ਦਾ ਚਾਅ 10-12 ਸਾਲ ਦੀ ਉਮਰ ਤੱਕ ਰਿਹਾ, ਉਦੋਂ ਬਾਅਦ 'ਚ ਹੌਲੀ ਹੌਲੀ ਘੱਟਦਾ ਗਿਆ ਅਤੇ ਹੁਣ ਪਿੱਛੇ ਤਾਂ ਜਿਵੇਂ ਹੀ ਅਹਿਮੀਅਤ ਨਹੀਂ ਸੀ ਬਰਥਡਿਆਂ ਦੀ, ਐਂ ਹੁੰਦਾ ਸੀ ਵੀ ਇੱਕ ਨੋਰਮਲ ਲੈਣੀ ਆ, ਬਟ ਹੁਣ ਜਿਵੇਂ ਹੀ ਰਣਸ਼ੇਰ ਦਾ ਬਰਥਡੇ ਆਇਆ ਉਹ ਸਾਰੀ ਐਕਸਾਈਟਮੈਂਟ ਦੁਬਾਰਾ ਜਾ ਗਈ। ਹੁਣ ਜੀ ਐਂ ਕਰਦਾ ਕਿ ਆ ਵੀ ਕਰ ਲਈਏ, ਆ ਵੀ ਕਰ ਲਈਏ, ਐਕਸਾਈਟਮੈਂਟ ਵੀ ਬਹੁਤ ਆ, ਬਟ ਅੱਜ ਸਵੇਰ ਤੋਂ ਨਰਵਸਨੈਸ ਵੀ ਹੋ ਰਹੀ ਹੈ ਕਿ ਇਹਦਾ ਬਰਥਡੇ ਪੂਰੇ ਵਧੀਆ ਜਾ ਰਹੇ, ਹੈ ਨਾ। ਅਤੇ ਬਾਕੀ ਸਭ ਵਧੀਆ, ਚੱਲੀ ਹੁਣ ਆਪਾਂ, ਪਰ ਤੁਸੀਂ ਤਾਂ ਘਰੇ ਰਹਿਣਾ, ਅਸੀਂ ਜਾਵਾਂਗੇ, ਅਸੀਂ ਯੂੰ ਜਾ ਕੇ ਯੂੰ ਮੁੜਨਾ ਸ਼ਾਮ ਨੂੰ ਫੜਨਾ ਚਲੀ, ਠੀਕ ਹੈ। ਠੀਕ ਹੈ, ਫਿਰ ਆਪਾਂ ਸ਼ਾਮ ਨਾਲੇ ਵਧੀਆ ਜੇ ਘਰੇ ਰਹੂਗਾ, ਕੱਲ ਤੱਕ ਵਧੀਆ ਰਿਲੈਕਸ ਰਹੂਗਾ, ਥੱਕੂਗਾ ਨਹੀਂ। ਤੇ ਵਾਲ ਪਾਉਂਦਾ ਸੀ, ਹੇਅਰ ਸਟਾਈਲ ਬਣਾਉਂਦਾ ਸੀ ਉਹ। ਓਹ ਹੋ, ਐਡਾ ਵੱਡਾ ਹੋ ਗਿਆ ਸੀ ਤੂੰ, ਵਾਲਾ ਵਾਲ ਵਾਲਾ ਵਾਲ ਚੇਰ ਚਾਪ। ਅੱਜ ਮਾਸੀ ਵੀ ਭੈਣ ਦਾ ਖੂਆ ਕੱਢਣ ਆਈ ਹੈ। ਨਹੀਂ ਮਾਸੀ, ਕਈ ਵਾਰੀ ਮਹੀਨਾ ਮਹੀਨਾ ਦੋ ਮਹੀਨੇ ਨਹੀਂ ਆਉਂਦੀ, ਹੁਣ ਕੱਲ ਵੀ ਆਈ ਸੀ, ਅੱਜ ਵੀ ਆਈ ਹੈ, ਕੱਲ ਵੀ ਆਊ ਹਲੇ। ਛੇ ਚੀਜ਼ੀ ਖਾਊ, ਕੁਛ ਹੁੰਦਾ ਕੁਛ ਹੁੰਦਾ ਸੀ ਕੱਲ ਤੇ। ਚੱਲ ਮੈਂ ਚੱਲ ਚੱਲ ਵਰ ਚੱਲ ਵਰ ਚੱਲ ਵਰ ਚੱਲ ਵਰ ਉਹ ਮੱਛਰ ਨੂੰ ਕਹਿਣਾ, ਚੱਲ 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 ਮੈਂ ਚੱਲ ਚੱਲ ਰਣਸ਼ੇਰ ਦਾ ਗਿਫਟ ਲੈਣ ਦਾਦਾ ਦਾਦੀ ਨੇ ਤਿਆਰ ਕਰਵਾਇਆ ਮੰਡੀ ਅਹਿਮਦਗੜ੍ਹ। ਵੈਰੀ ਮੱਚ ਐਕਸਾਈਟਡ, ਦੇਖਣਾ ਮੈਂ ਸਵੇਰੇ ਕਿੰਨੇ ਤਿਆਰ ਹੋਣਾ ਸਾਜਰੀ ਨਾ। ਹਾਂ ਅੱਜ ਕੱਲ ਜਦੋਂ ਨਾ ਠੰਡਾ ਹੀ ਸ਼ੁਰੂ ਹੁੰਦੀਆਂ ਨੇ, ਖੇਤਾਂ ਦੇ ਕਲਰ ਵੀ ਬੜੇ ਸੋਹਣੇ ਸੋਹਣੇ ਹੋ ਜਾਂਦੇ ਆ, ਜਿਵੇਂ ਹੁਣ ਇੱਧਰ ਜਿਵੇਂ ਸਰੋਂ ਲੱਗੇ ਆ, ਦੇਖੋ ਪੀਲਾ ਕਲਰ ਕਿੰਨਾ ਸੋਹਣਾ ਲੱਗ ਰਿਹਾ। ਪੰਜਾਬ ਸੋਹਣਾ ਤਾਂ ਬਹੁਤ ਆ ਯਾਰ, ਨੋ ਡਾਊਟ ਨੋ ਡਾਊਟ, ਬਹੁਤ ਸੋਹਣਾ ਪੰਜਾਬ ਆ, ਹਰਿਆਲੀ ਚਾਰੇ ਪਾਸੇ, ਹੁਣ ਇੱਧਰ ਕਣਕਾਂ ਹਰੀਆਂ ਹੋ ਗਈਆਂ, ਹਰਿਆਲੀ ਹਰਿਆਲੀ ਆ ਹੁਣ ਤਾਂ। ਚਲੋ ਬਈ ਥੋੜੀ ਜਿਹੀ ਸੜਕ ਤੇ ਮਿੱਟੀ ਆ, ਥੋੜੀ ਜਿਹੀ ਡਿਵੈਲਪਮੈਂਟ ਜਦੋਂ ਹੋਰ ਹੋ ਗਈ, ਹਾਂ ਪੰਜਾਬ ਵਰਗੀ ਰੀਸ ਨਹੀਂ ਯਾਰ। ਸਹੀ ਗੱਲ ਆ, ਸਭ ਤੋਂ ਬੈਸਟ ਆ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਆਪਾਂ ਗਏ ਹੋਏ ਆ, ਹਾਂਜੀ, ਜਿੰਨੇ ਡਿਵੈਲਪਮੈਂਟ ਪੰਜਾਬ 'ਚ ਦੇਖਿਆ ਮੈਂ ਸੜਕਾਂ ਤੇ, ਹੋਟਲਾਂ ਤੇ, ਢਾਬਿਆਂ ਤੇ, ਜਾਂ ਆਪਾਂ ਕਹਿ ਲਈਏ ਵੀ ਬੰਦਿਆਂ ਦੀ, ਹਾਂਜੀ, ਨਹੀਂ ਹੈਗੀ ਕਿਤੇ ਵੀ। ਸਹੀ ਬਾਤ, ਬੰਬਿਆਰ ਕੇ ਸ਼ਹਿਰਾਂ 'ਚ ਵੀ ਬੁਰਾ ਹਾਲ ਆ, ਆਪਣੇ ਕਿੰਨਾ ਵਧੀਆ ਵਾ ਯਾਰ ਮਾਹੌਲ। ਬਾਕੀ ਬੰਬੇ ਵਾਲੇ ਵਧੀਆ ਨੂੰ ਗੁੱਸਾ ਨਾ ਕਰਿਓ, ਬਟ ਯਾਰ ਮੈਨੂੰ ਆ ਵਧੀਆ ਲੱਗਦਾ ਪੰਜਾਬ ਆਪਣਾ, ਉਹ ਆਪਾਂ ਜਿੱਥੇ ਰਹਿੰਦੇ ਹੁੰਦੇ ਆ ਪਰ ਉਹੀ ਚੀਜ਼ ਸਭ ਤੋਂ ਵੱਧ ਵਧੀਆ ਲੱਗਦੀ। ਹੁਣ ਮੰਡੀ ਚ ਵਿਆਹਾਂ ਦਾ ਪੂਰਾ ਜ਼ੋਰ ਆ, ਪੂਰਾ ਜੋਵਨ ਤੇ ਆ ਬਾਜ਼ਾਰ। ਹੁਣ ਮਤਲਬ ਨੀ ਹੈਗਾ ਵੀ ਵਿਆਹਾਂ ਚ ਲੁਧਿਆਣੇ ਦੀ ਵੱਧ ਟ੍ਰੈਫਿਕ ਹੁੰਦੀ ਆ, ਮੰਡੀ ਚ ਵੀ ਪੂਰੀ ਹੁੰਦੀ ਆ। ਅੱਜ ਤਾਂ ਬਸ ਮੰਡੀ ਆਪਾਂ ਨੂੰ ਇੰਨਾ ਹੀ ਕੰਮ ਸੀਗਾ, ਐਂ ਘੁੰਮ ਕੇ ਐਂ ਘੁੰਮ ਕੇ ਦੁਬਾਰਾ ਪਾਰਕਿੰਗ 'ਚ ਆ ਗਏ, ਆਪਾਂ ਗਿਫਟ ਫੜ ਲਿਆ। ਪਾਰਕਿੰਗ ਦੇਖੋ ਕਿੰਨੀ ਫੁੱਲ ਆ, ਸਾਰੀ ਓਵਰ ਫੁੱਲ, ਓਵਰ ਫੁੱਲ ਮਤਲਬ ਫੁੱਲ ਹੀ ਫੁੱਲ, ਲੈ ਫੁੱਲ ਹੀ ਫੁੱਲ ਥੋੜਾ ਹੁੰਦਾ, ਪੂਰੀ ਭਰੀ ਪਈ ਹੈ। ਮੇਰੀ ਸਹੇਲੀ ਦਾ ਵਿਆਹ, ਮੈਂ ਨਾਲ ਜਾਊਂਗਾ, ਮੈਂ ਨਹੀਂ ਲੈ ਕੇ ਜਾਣਾ, ਤੁਸੀਂ ਕਿਹੜਾ ਬਿਨਾਂ ਦੇ
ਕਿਉਂ ਤੂੰ ਕਾਸ਼ੀ ਦਾ ਵਿਆਹ ਦੇਖਿਆ? ਸਨੀ ਦਾ ਵਿਆਹ ਦੇਖਿਆ? ਤੂੰ ਮਾਸਟਰ ਦਾ ਵਿਆਹ ਦੇਖਿਆ? ਚੱਲ ਤੂੰ ਬਦਲਾ ਲੈਣਾ, ਆ ਖੜੀ ਆ, ਉਹ ਖੜੀ ਆ, ਫਿਰ ਚਾਬੀ ਬਦਲ ਲਈ ਅਸੀਂ ਉਧਰ ਜਾਣਾ ਆਪਣੀ ਆ। ਕੈਂਡ ਵਾਲੇ ਵੀ ਇੱਥੇ ਸ਼ਾਪਿੰਗ ਕਰਦੇ ਫਿਰਦੇ ਆ, ਚੱਲ ਤੂੰ ਚਲਾ ਮੈਂ ਸਾਈਡ ਤੇ ਬਹਿਣਾ। ਬਰਿੰਦਰ ਵੀ ਪਹੁੰਚ ਗਿਆ ਗੱਡੀ ਕੋਲੇ, ਬਾਏ ਬਾਏ, ਸੌਦੇ ਲੈ ਰਹੇ ਨੇ ਵੀ। ਕੱਲ ਨੂੰ ਟਾਈਮ ਨਾ ਆ ਜਿਓ, ਕੋਟ ਪੈਂਟ ਨਾ ਪਾਏ। ਮੈਂ ਸਾਰਿਆਂ ਨੂੰ ਪੁੱਛੀ ਜਾਂਦੀ ਆ ਜਿਹੜਾ ਵੀ ਮੁੰਡਾ ਮੈਡਾ ਜੀ, ਮੈਂ ਅੱਜ ਮੈਨੂੰ ਸਵੇਰੇ ਸਿਮਰਨ ਮਿਲਿਆ ਸੀ, ਸਿਮਰਨ ਕੀ ਪਾ ਕੇ ਆਉਣਾ ਵਾ? ਕਹਿੰਦੇ ਭਾਬੀ ਪੈਂਟ ਸ਼ਰਟ ਹੀ ਪਾ ਕੇ ਆਊਗਾ। ਐਵੇਂ ਮੈਂ ਬਰਿੰਦਰ ਨੂੰ ਆ ਕੇ ਪੁੱਛਿਆ, ਮੈਂ ਕਿਹਾ ਹੋਰ ਨਾ ਮੁੰਡੇ ਦਾ ਪਿਓ ਸੈਮੀ ਫਾਰਮਲ ਜਿਹਾ ਹੋਵੇ ਤੇ ਚਾਚੇ ਤੇ ਮਾਮੇ ਉਹਦੇ ਕੋਟ ਪੈਂਟ ਪਾ ਕੇ ਆ ਜਾਣ। ਹੈ ਚਲੋ ਕੋਈ ਨੀ, ਅਗਲੀ ਵਾਰੀ ਦੇ ਦਾਂਗੇ। ਚਲੋ ਮੋੜੋ ਫਿਰ ਬੈਕ, ਭੱਜ ਕੇ ਜਾ ਕੇ ਫੜਾਇਆ ਉਤਰ ਕੇ ਲਾ ਕੇ। ਜਦ ਦੇ ਮੰਡੀ ਅਹਿਮਦਗੜ੍ਹ ਤੋਂ ਘਰ ਆਇਆ, ਸਿਰਫ ਵੀਡੀਓ ਐਡਿਟ ਕੀਤੀ ਆ ਜਾਂ ਰੋਟੀ ਖਾਧੀ ਆ, ਅੱਜ ਸਾਨੂੰ ਦੋ ਕੰਮ ਹੋਰ ਸੀਗੇ, ਇੱਕ ਲੁਧਿਆਣੇ ਵੀ ਜਾਣਾ ਸੀਗਾ, ਇੱਕ ਮੈਂ ਸੁਧਾਰ ਜਾਣਾ ਸੀਗਾ। ਹੁਣ ਮੇਲਾ ਦਾ ਸੁਧਾਰ ਵਾਲਾ ਕੰਮ ਤਾਂ ਕੈਂਸਲ ਹੀ, ਕਿਉਂਕਿ ਟਾਈਮ ਅਰਾਊਂਡ 5:30 ਹੋ ਗਏ। ਹੁਣ ਲੁਧਿਆਣੇ ਜਾ ਕੇ ਜਿਹੜੇ ਕੱਲ੍ਹ ਕੱਪੜੇ ਆਲਟਰ ਕਰਨ ਦਿੱਤੇ ਸੀ ਉਹ ਫੜ ਲਿਆਉਣੇ ਆ, ਅਤੇ ਇੱਕ ਦੋ ਗਿਫਟ ਲੈਣੇ ਆ ਉਹ ਲੈ ਆਉਣੇ ਆ। ਹੁਣ ਹੋਰ ਤਾਂ ਕੋਈ ਮੰਮ ਹੈ ਨਹੀਂ ਆਪਾਂ, ਹੁਣ ਅਸੀਂ ਵੇਟ ਕਰ ਰਹੇ ਹਾਂ ਮੰਮੀ ਡੈਡੀ ਗਏ ਹੋਏ ਮਾਸੀ ਨੂੰ ਛੱਡਣ। ਜਦੋਂ ਆ ਗਏ ਫਿਰ ਆਪਾਂ ਰਣਸ਼ੇਰ ਨੂੰ ਮੰਮੀ ਡੈਡੀ ਕੋਲ ਛੱਡ ਕੇ ਲੁਧਿਆਣੇ ਜਾਵਾਂਗੇ। ਮੈਨੂੰ ਲੱਗਦਾ ਆ ਗਏ ਕੱਲ ਵੀ ਅਸੀਂ ਲੁਧਿਆਣੇ ਨੂੰ 5:30 ਤੁਰੇ ਸੀ ਤੇ ਅੱਜ ਵੀ 5:30 ਤੁਰੇ ਆ। ਨਹੀਂ, ਕੱਲ ਤੁਰੇ ਸੀ 5:30 ਪੂਰੇ, ਅੱਜ ਤੁਰੇ ਆ 5:37 ਤੇ। ਕੱਲ ਹਲੇ ਜੋ ਦਿਨ ਲਾਈਟਾਂ ਲੱਗੀਆਂ ਨਹੀਂ ਸੀਗੀਆਂ, ਜਦੋਂ ਆਪਾਂ ਲੁਧਿਆਣਾ ਐਂਟਰ ਕਰੇ ਸੀ ਲਾਈਟਾਂ ਉਦੋਂ ਲੱਗੀਆਂ ਸੀ, ਆਪਾਂ 7 ਮਿੰਟ ਲੇਟ। ਸਹੀ ਗੱਲ ਆ, ਬਟ ਥੋੜਾ ਜਿਹਾ ਫੋਨ ਚ ਤਾਂ ਚਾਨਣ ਵੱਧ ਹੀ ਦੀਦਾ ਵਾ, ਬਾਹਰ ਹਨੇਰਾ ਹੋ ਚੱਲਿਆ। ਤੇ ਬਾਕੀ ਪਿੰਦਰ ਦੇ ਉਦਾਂ ਜਿਹੜੇ ਕੱਪੜੇ ਮਿਲਣੇ ਸੀ ਉਹਨਾਂ ਨੇ 5 ਵਜੇ ਦਾ ਟਾਈਮ ਦਿੱਤਾ ਸੀਗਾ। ਸਾਨੂੰ ਐ ਲੱਗ ਰਿਹਾ ਸੀ ਵੀ ਅਸੀਂ 3 ਵਜੇ ਘਰੋਂ ਤੁਰ ਪੈਣਾ ਵਾ, ਬਟ ਕੰਮ ਕੁੰਮ ਕਰਦੇ ਜਿਵੇਂ ਤੁਹਾਨੂੰ ਦੱਸਿਆ ਹੀ ਆ ਲੇਟ ਹੋ ਗਏ, ਤਾਂ ਕਰਕੇ ਹੁਣ ਆਪਾਂ 5:30 ਚੱਲੇ ਆ। ਮਿਲ ਜਾਣਗੇ ਕੱਪੜੇ ਤਾਂ ਮਿਲ ਜਾਣਗੇ, ਮੇਰੀ ਸਟਾਈਲਿੰਗ ਰਹਿ ਗਈ ਯਾਰ। ਕੋਈ ਨੀ, ਸਟਾਈਲਿੰਗ ਮੈਂ ਕਿਹਾ ਤੁਸੀਂ ਆਪਾਂ ਕੱਲ ਨੂੰ 3 ਵਜੇ ਜਾਣਾ, ਜਿਹੜਾ ਆਪਣਾ ਵੈਨਿਊ ਆ ਵੀ ਤੁਸੀਂ ਉਦੋਂ ਪਹਿਲਾਂ ਜਾ ਕੇ ਕਟਾਏ ਆਇਓ ਵਾਲ। ਝੁਕੇਗਾ ਨਹੀਂ ਸਦਾ, ਝੁਕੇਗਾ। ਕੱਲ ਨਾਲੋਂ ਟ੍ਰੈਫਿਕ ਦਾ ਜ਼ਮੀਨ ਆਸਮਾਨ ਦਾ ਫਰਕ ਆ। ਕੱਲ ਇੱਥੇ ਪਾਰਕਿੰਗ 'ਤੇ ਨਾ 2 ਲੈਨਾਂ ਬਣੀਆਂ ਪਈਆਂ ਸੀਗੀਆਂ, ਅੱਜ 1 ਆ, ਸੌਖੀ ਪਾਰਕਿੰਗ ਲੱਗ ਗਈ। ਹੁਣ ਬਸ ਆਪਾਂ ਕੈਪਸਨ ਜਾਣਾ, ਕੱਪੜੇ ਫੜਨੇ ਆ ਅਤੇ ਬੈਕ ਟੂ ਹੋਮ। ਪਹਿਲਾਂ ਪਿੰਦਰ ਨੇ ਪੂਰਾ ਟਾਈਮ ਲਾ ਕੇ ਥੋੜ੍ਹੀ ਥੋੜ੍ਹੀ ਇੱਧਰ ਨੂੰ ਕੱਟ ਕੇ ਗੱਡੀ ਇੱਥੇ ਖੜਾਈ, ਹੁਣ 5 ਮਿੰਟ ਬਾਅਦ ਆ ਕੇ ਹੁਣ ਥੋੜ੍ਹੀ ਥੋੜ੍ਹੀ ਇੱਧਰ ਨੂੰ ਕੱਟ ਕੇ ਅਸੀਂ ਗੱਡੀ ਬਾਹਰ ਕੱਢਣ ਲੱਗੇ ਆ। ਪਰ ਡਰਾਈਵਰ ਪੱਕਾ ਮੇਰਾ ਘਰ ਵਾਲਾ, ਇਹ ਪੂਰਾ ਮੈਨੂੰ ਇਹਦੇ ਤੇ ਕੌਨਫੀਡੈਂਟ ਆ ਵੀ ਖਾਣਾ, ਇਹ ਵਧੀਆ ਗੱਲ ਆ। ਹੈ ਪਿੰਦਰ,
ਨਾਲੇ ਅੰਦਰ ਨਾ ਲੱਡੂ ਫੱਟਦੇ ਹੋਣਗੇ, ਮੇਰੀ ਤਾਰੀਫ ਕਰਦੀ ਆ, ਲੇਖਾ ਮਾਰਦੇ ਆ। ਚਲੋ ਬਹੁਤ ਹੋ ਗਿਆ, ਚਲੋ ਜੀ ਚੱਲੀਏ, ਇਹਨਾਂ ਨੂੰ ਨੀ ਚਲਾਉਣੀ ਉਹਦੀ ਗੱਡੀ ਗੁੱਡੀ, ਘਰ ਨੂੰ ਚੱਲੀ ਆਪਾਂ। ਹੁਣ ਸਾਡਾ ਇਕਦਮ ਹੀ ਪਲਾਨ ਬਣਿਆ ਕਿ ਅਸੀਂ ਕੇਕ ਲੈ ਕੇ ਚੱਲੀਏ ਇੱਕ, ਕੱਲ ਨੂੰ ਆਪਣੀ ਪਾਰਟੀ। ਇੱਕ ਤਾਂ ਬੱਸ ਵਾਲੇ ਨਾ ਵੀ ਬੜਾ ਉੱਚੀ ਹਾਰਨ ਲਵਾਉਂਦੇ ਆ ਨਾ, ਕਿਉਂਕਿ ਕੱਲ ਨੂੰ ਆਪਣੀ ਪਾਰਟੀ ਸ਼ੁਰੂ ਹੋਣੀ ਆ 4 ਵਜੇ ਤੋਂ। ਜਦੋਂ ਬਰਥਡੇ ਸ਼ੁਰੂ ਹੋਣਾ ਰਾਤ ਦੇ 12 ਵਜੇ ਤੋਂ, ਜੇ ਰਾਤ ਨੂੰ 12 ਵਜੇ ਜਾਗਦਾ ਹੋਇਆ ਤਾਂ 12 ਵਜੇ ਕੇਕ ਕੱਟ ਲਾਂਗੇ, ਨਹੀਂ ਕੱਲ ਨੂੰ ਸਵੇਰ ਜਦੋਂ ਉੱਠੂਗਾ ਉਦੋਂ ਆਪਾਂ ਕੇਕ ਕੱਟ ਲਾਂਗੇ। ਕੇਕ ਤਾਂ ਹੋਣਾ ਚਾਹੀਦਾ ਕੋਲੇ। ਰਣਸ਼ੇਰ ਦਾ ਪਹਿਲਾ ਬਰਥਡੇ ਆ, ਕਿਹੜਾ ਕੇਕ ਲਈਏ? ਮਿੱਠਾ ਲੈ ਲੈ, ਕੋਈ ਸਾਰੀ ਉਮਰ ਮਿੱਠਾ ਮਿੱਠਾ ਰਹੇ। ਕਿਹੜਾ? ਬਲੂਬੇਰੀ ਨਹੀਂ, ਸਟ੍ਰਾਬੇਰੀ ਚੋਕੋ ਚਿਪ। ਆਹ ਕਿਹੜਾ? ਕੇਕ ਦੇ ਨਾਲ ਓਨਾ ਕ ਟੇਸਟ ਕਰਨ ਨੂੰ ਵੀ ਹੋਣਾ ਚਾਹੀਦਾ, ਹਨਾ? ਜ਼ਰੂਰੀ ਆ, ਹਨਾ? ਇਹ ਗੱਲ ਤੁਸੀਂ ਪੂਰੇ ਪਤੇ ਦੀ ਕੀਤੀ ਆ। ਇਹ ਆਪਾਂ ਉਹ ਕਰਨਾ ਪੈਣਾ, ਆਪਾਂ ਨੂੰ ਧਰਨਾ ਦੇਣਾ ਪੈਣਾ ਕੇਕ ਵਾਲਿਆਂ ਦੇ ਖਿਲਾਫ, ਵੀ ਤੁਸੀਂ ਨਾਲ ਸੈਂਪਲ ਧਰਿਆ ਕਰੋ ਛੋਟਾ ਜਿਹਾ ਪੀਸ ਬਣਾ ਕੇ, ਅੱਜ ਤੋਂ ਜਿੰਨੇ ਕੇਕ ਵੇਚਦੇ ਆ। ਚਲੋ ਵੀ ਅਸੀਂ ਕੇਕ, ਬੜਾ ਕਲਰਫੁੱਲ ਆ ਰਣਸ਼ੇਰ, ਉਹਨੇ ਫਸਟ ਲਿਖਿਆ ਹੀ ਨਹੀਂ, ਭੁੱਲ ਗਿਆ ਨਾ ਜੀ। ਅਰੇ ਹੈਪੀ ਬਰਥਡੇ ਫੋਰ ਟੂ ਯੂ, ਸੋ ਫਸਟ ਲਿਖਿਆ ਹੀ ਨਹੀਂ ਨੇ। ਚਲੋ ਕੋਈ ਗੱਲ ਨਹੀਂ, ਹੈਪੀ ਬਰਥਡੇ ਆ ਬਸ। ਹੈਪੀ ਬਰਥਡੇ, ਪਰ ਅਸੀਂ ਲਿਆਂਦਾ ਛੋਟਾ ਹੀ ਆ, ਵੀ ਫਿਰ ਬਾਅਦ ਚੋਂ ਪਿਆਰ ਆ। ਕੱਲ ਨੂੰ 4 ਕਿਲੋ ਵਾਲਾ ਆਉਣਾ, 4 ਕਿਲੋ ਵਾਲਾ ਹੈ ਉਹ ਹੀ ਫਰੂਟ ਕੇਕ ਹੀ ਆ। ਹੁਣ ਤਾਂ ਕੇਕ ਸਵੇਰੇ ਕੱਟ ਹੋਊਗਾ, ਕਿਉਂਕਿ ਰਣਸ਼ੇਰ ਸੌ ਗਿਆ, ਹੁਣੇ ਉੱਠਣਗੇ ਸਵੇਰੇ 4 ਵਜੇ, ਉਦੋਂ ਮੈਂ ਸੁੱਤਾ ਪਿਆ ਹੁੰਦਾ। ਸੋ ਹੁਣ ਇਹ ਕੇਕ ਕੱਟਿਆ ਜਾਊਗਾ ਅਰਾਊਂਡ 8-9 ਵਜੇ। ਹਾਂ, ਹੁਣ ਜਦੋਂ ਇਹ ਇੱਕ ਵਾਰੀ ਰਾਤ ਨੂੰ ਉੱਠਦਾ ਹੁੰਦਾ ਸਵੇਰੇ 3-4 ਵਜੇ, ਅਤੇ ਫਿਰ ਦੂਜੀ ਉੱਠਦਾ ਹੁੰਦਾ ਇਹ 8-9 ਵਜੇ। ਇਹ ਤਾਂ ਹੈ, ਸੋ ਉਹਦੀ ਨੀਂਦ ਵੀ ਜ਼ਰੂਰੀ ਹੈ। ਪਵਨ ਦਾ ਬਰਥਡੇ ਹੁੰਦਾ ਫਿਰ ਆਪਾਂ ਠਾ ਲੈਣਾ ਸੀ ਉਹਨੂੰ, ਉਹਦਾ ਕੋਈ ਚੱਕਰ ਨਹੀਂ, ਨਹੀਂ ਤੂੰ ਤਾਂ ਬਾਅਦ 'ਚ ਸੌ ਜਾਣਾ ਸੀ। ਇਹਨੇ ਫਿਰ ਇਹਦਾ ਨਹੀਂ ਪਤਾ ਹੁੰਦਾ ਨਾ ਜਦੋਂ ਇਹ ਉੱਠਦਾ ਵਾ, ਇਹਨੂੰ ਕਿਹੜਾ ਪਤਾ ਵੀ ਦਿਨ ਰਾਤ ਕੀ ਸਿਸਟਮ, ਹਾਲੇ ਇਹ ਖੇਡੀ ਪੈ ਜਾਂਦਾ ਆਪਦਾ। ਕਈ ਵਾਰੀ ਤਾਂ ਹਾਂ ਸਵੇਰੇ 3-4 ਵਜੇ ਨੂੰ ਪੂਰਾ ਆਪਦਾ ਫਰੈਸ਼ ਆਲਾ ਦੇ ਦਿੰਦਾ, ਫਿਰ ਜੇ ਨਾ ਮੇਰੀ ਅੱਖ ਖੁੱਲੇ ਵੀ ਮੈਂ ਕੀ ਕਰ ਰਿਹਾ ਵਾਂ, ਕਹੂਗਾ ਚਲੋ ਹੁਣ ਆਪਾਂ ਤੁਹਾਨੂੰ ਸਵੇਰੇ ਮਿਲਦੇ ਹਾਂ। ਅੱਜ ਮੇਰਾ ਉੱਠ ਕੇ ਸਭ ਤੋਂ ਪਹਿਲਾ ਪਲਾਨ ਤਾਂ ਇਹੀ ਸੀਗਾ ਵੀ ਸੁਧਾਰ ਜਾਊਂਗਾ, ਦਾੜੀ ਟ੍ਰਿਮ ਕਰਾ ਕੇ ਆਊਂਗਾ, ਪਰ ਅੱਜ ਤਾਂ ਵੀ ਧੁੰਦੀ ਵਾਲੀ ਪਈ ਹੋਈ ਹੈ। ਜੇ ਮੈਂ ਹੁਣ ਸੁਧਾਰ ਗਿਆ ਤਾਂ ਟੱਕਰਾ ਹੀ ਮਾਰ ਹੋਣੀ, ਕਿਉਂਕਿ ਜਦੋਂ ਸੁਧਾਰ ਹੈਗਾ 15 ਕਿਲੋਮੀਟਰ, ਅਤੇ ਇਹ ਜਿਹੀ ਧੁੰਦ 'ਚ ਮੈਨੂੰ ਲੱਗਦਾ 40-45 ਮਿੰਟ ਤਾਂ ਲੱਗ ਜਾਣਗੇ। ਮੈਂ ਆਪਾਂ ਨੂੰ ਜਿਹੜਾ ਚੱਕਰ ਵੀ ਹੈ ਨਹੀਂ, ਇਹ ਧੁੰਦ ਉਤਰੂਗੀ ਫਿਰ ਆਪਾਂ ਜਾਵਾਂਗੇ, ਨਹੀਂ ਆਪਾਂ ਘਰ ਹੀ ਬੈਠੇ ਹਾਂ। ਅੱਜ ਤਾਂ ਧੁੰਦ ਇੰਨੀ ਆ, ਹਾਲੇ ਕੈਮਰੇ ਮੇਰਾ ਦੀਂਦਾ ਹੋਊਗਾ, ਆਹ ਤਾਂ ਦੀਂਦਾ ਉੱਪਰੋਂ ਇੱਧਰੋਂ, ਬਸ ਉਹਨਾਂ ਆਪਣੇ ਸਾਹਮਣੇ ਲਿਆ ਘਰ ਦਾ ਅੱਧਾ ਵਿਹੜਾ ਦਿੰਦਾ ਵਾ, ਗਾਂ ਦਿੰਦਾ ਨਹੀਂ ਹੈਗਾ, ਅੱਧਾ ਵੀ ਨਹੀਂ ਦਿੰਦਾ, ਬਸ ਇੱਧਰੋਂ ਬਸ ਆਪਣੀ ਜੰਗਲੇ ਤੱਕ ਹੀ ਦਿੰਦਾ, ਗਾਹਾਂ ਵਾਲਾ ਘਰ ਦਿੰਦਾ ਹੀ ਨਹੀਂ ਹੈਗਾ, ਆਹ ਵੀ ਇੱਧਰ ਘਰ ਨਹੀਂ ਦਿੰਦੇ।
ਚਲੋ ਦੇਖਤੇ ਹੈ, ਜਬ ਧੁੰਦ ਉਤਰੇਗੀ ਤਬ ਹਮ ਜਾਏਂਗੇ। ਧੁੰਦ ਤਾਂ ਚੱਕੀ ਗਈ, ਬਟ ਰਣਸ਼ੇਰ ਹਲੇ ਸੁੱਤਾ ਹੀ ਪਿਆ ਵਾ। ਜਦ ਨੂੰ ਉੱਠਦਾ ਵਾ, ਜਦ ਨੂੰ ਮੈਂ ਸੁਧਾਰਿਆ ਕੇ ਦਾੜੀ ਟ੍ਰਿਮ ਕਰਾਇਆ ਵਾ, ਉਦੋਂ ਬਾਅਦ ਚ ਪਾ ਕੇ ਕੇਕ ਕੱਟਦੇ ਹਾਂ। ਰਣਸ਼ੇਰ ਸਵੇਰੇ 4 ਵਜੇ ਉੱਠ ਖੜਿਆ, ਅੱਜ 2 ਘੰਟੇ ਖੇਡੀ ਗਿਆ। ਹੁਣ ਸਾਨੂੰ ਇਹ ਵੀ ਟੈਨਸ਼ਨ, ਅੱਜ ਉੱਥੇ ਮਤਲਬ ਆਪਣੇ ਹਾਲ 'ਚ ਤੰਗ ਨਾ ਹੋਣ ਲੱਗ ਜੇ, ਤਾਂ ਹੀ ਅਸੀਂ ਉਹਨਾਂ ਨੂੰ ਸੌਣ ਦਿੰਦੇ ਵੀ ਸੌਂ ਲਵੇ, ਨੀਂਦ ਪੂਰੀ ਕਰ ਲਵੇ ਆਪਦੀ। ਫਿਰ ਜਦ ਨੂੰ ਉਹ ਉੱਠੂਗਾ, ਨਾਲੇ ਉਹ ਮੱਥਾ ਟੇਕਣ ਗੁਰਦੁਆਰੇ, ਅਤੇ ਇਹਨੂੰ ਮੈਂ ਵੀ ਸੁਧਾਰੋਂ ਵਾਪਸ ਮੁੜਿਆ ਆਊਂਗਾ। ਹਲੇ ਵੀ ਹਲਕੀ ਹਲਕੀ ਧੁੰਦ ਹੈਗੀ ਆ। ਮੇਰਾ ਡਿਸੀਜਨ ਵਧੀਆ ਰਿਹਾ ਕਿ ਮੈਂ ਉਦੋਂ ਸਵੇਰੇ ਸਵੇਰੇ ਤੁਰਿਆ ਨਹੀਂ ਹੈਗਾ, ਕਿਉਂਕਿ ਉਹਨੇ ਟਾਈਮ 'ਚ ਪਤਾ ਮੈਂ ਕੀ ਕੀਤਾ ਵਾ, ਮੈਂ ਰਣਸ਼ੇਰ ਦੀ ਪੂਰੀ 1 ਸਾਲ ਦੀ ਜਰਨੀ ਦੀ ਵੀਡੀਓ ਬਣਾ ਦਿੱਤੀ। ਮੈਂ ਉਹੀ ਨਾ ਬਹਿ ਕੇ ਜਿਹੜਾ ਸਾਡਾ 5 ਦਸੰਬਰ 2022 ਦਾ ਵਲੋਗ ਸੀ ਨਾ, ਉਹ ਦੇਖਣ ਲੱਗ ਗਿਆ। ਉਹ ਮੇਰੇ ਇੱਕਦਮ ਹੀ ਆਈਡੀਆ ਆਇਆ ਦਿਮਾਗ 'ਚ, ਮੈਂ ਯਾਰ 1 ਜਰਨੀ ਬਣਾਉਣੀ ਸੀ, 6-6 'ਚ ਬਣਾਈ ਸੀ, ਅਤੇ ਮੈਨੂੰ ਥੋੜ੍ਹਾ ਹੋਰ ਟਾਈਮ ਹੁੰਦਾ ਮੈਂ ਹੋਰ ਵਧੀਆ ਬਣਾਉਣੀ ਸੀਗੀ, ਪਰ ਟਾਈਮ ਹੀ ਤਾਂ ਹੈ ਨਹੀਂ ਸੀਗਾ। ਮੈਂ ਸੋਚਿਆ ਤੁਹਾਡੇ ਸਾਰਿਆਂ ਲਈ ਇੱਕ ਸਰਪ੍ਰਾਈਜ਼ ਹੋਜੂਗਾ, ਅਤੇ ਮੇਰੀਆਂ ਵੀ ਸਾਰੀਆਂ ਮੈਮਰੀਜ਼ ਤਾਜ਼ਾ ਹੋ ਜਾਣਗੀਆਂ, ਸ਼ਾਇਦ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਦਾੜੀ ਵੀ ਟ੍ਰਿਮ ਹੋ ਗਈ ਅਤੇ ਮਾਸਟਰ ਦੇ ਡੈਡੀ ਨੂੰ ਵੀ ਮਿਲਿਆ, ਹੁਣ ਚੱਲੀਏ ਘਰ ਨੂੰ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਰਣਸ਼ੇ, ਹੈਪੀ ਬਰਥਡੇ ਟੂ ਯੂ। ਕਲੈਪਿੰਗ ਕਰ ਦੋ, ਕਲੈਪਿੰਗ। ਸਵੇਰ ਦੇ ਨਾ ਅਸੀਂ ਸਾਰੇ ਇਕੱਠੇ ਨਹੀਂ ਹੋ ਰਹੇ, ਚਾਹੇ ਸੁੱਤਾ ਪਿਆ ਹੁੰਦਾ ਜਾਂ ਮੈਂ ਸੁਧਾਰ ਗਿਆ ਹੁੰਦਾ। ਹੁਣ ਡੈਡੀ ਗਿਆ ਹੋਇਆ ਗੱਡੀ ਧਵਾਉਣ। ਹਾਈ ਬਾਈ, ਆਪਾਂ ਪਾਰਟੀ ਦੇਣਾ, ਪਹਿਲਾਂ ਆਪਾਂ ਕੇਕ ਕੱਟ ਲਈਏ, ਕੱਲ ਕੇਕ ਲਿਆਂਦਾ ਸੀ, ਫਿਰ ਰੈਡੀ ਵੀ ਹੋਣਾ ਵਾ। ਨੀਂਦਾਂ ਲਈਆਂ ਹੋਈਆਂ ਨੇ ਪੂਰੀਆਂ, ਮੈਂ ਨੀਂਦਾਂ ਲਈਆਂ ਹੋਈਆਂ ਨੇ, ਢਿੱਡੀ ਭਰਿਆ ਹੋਇਆ। ਦਾਦੂ ਨੂੰ ਫੋਨ ਲਾ ਕੇ, ਕੇਕ ਆਪਾਂ ਅੰਦਰ ਰੱਖ ਲਿਆ, ਕੈਂਡਲ ਵੀ ਵਿੱਚ ਲਾ ਲਈ, ਤੇ ਹੁਣ ਆਪਾਂ ਉਹ ਕਰੀਏ, ਕਟਿੰਗ ਸ਼ੁਰੂ ਕਰੀਏ। ਦਾਦੂ ਖੋ ਪੁੱਤ, ਕੱਲ 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 ਸ਼ਾਸ਼ੀ ਸ਼ਾਸ਼ੀ, ਦਾਦੀ ਵੀ ਖਵਾਉਂਦੇ ਆ, ਦਾਦੀ ਵੀ ਖਵਾਉਂਦੇ ਆ। ਸ਼ਾਸ਼ੀ
ਚਾਹ ਚੀ ਲਿਆ ਮੈਂ ਵੀ ਖਾ ਲਿਆ ਲਓ ਥੋੜਾ ਜਿਹਾ ਖਾ ਲਓ ਇਹ ਕੀ ਖਾਣਾ ਅੱਜ ਬਾਕੀ ਵੀ ਪਾਰਟੀ ਵਾਲੀ ਵੀਡੀਓ ਇਦੋਂ ਗਾਣੇ ਬਲਾਗ ਚ ਹੁਣ ਫਿਲਹਾਲ ਲਈ ਬਾਏ ਬਾਏ ਟਾਟਾ ਟੇਕ ਕੇਅਰ ਬਾਏ ਕਰ ਦੋ ਇਹਨਾਂ ਕੇਕ ਖਾਣਾ ਹੋ ਰਿਹਾ ਬਾਏ ਬਾਏ ਕਹਿੰਦਾ ਬਾਏ ਬਾਏ ਕਹਿੰਦਾ ਸਵੇਰੇ ਮਿਲਦੇ ਹਾਂ।